सानू एक सूचना मिली सी कि जिहड़ा प्रताप चौंक दे नेड़े एक डेड बॉडी पई आ, उहदे विच असीं मौके ते पहुंचे आ। मौके ते आके जिहड़ी पड़ताल कीती तां उहदे विच देखण ते उहदे फेस दे उत्ते सट्टां काफ़ी लगियां, सिर दे विच लगियां होईयां सन। जिहड़ा सीसीटीवी कैमरे ते उहदे भतीजे दे बयानां मुताबक इह जिहड़ा ਮ੍ਰਿਤਕ ਸੀਗਾ ਇਹ ਭਾਂਡਣ ਦੀ ਦੁਕਾਨ 'ਤੇ ਲੱਗਿਆ ਹੋਇਆ ਸੀਗਾ। ਰਾਤ ਕਿਤੇ ਇਹਨਾਂ ਦੇ ਜਿਹੜੇ ਕੋਈ ਹੋਰ ਸਮਾਨ ਹੋਣਾ ਉਹਦੇ ਕਰਕੇ ਕਹਿੰਦਾ ਮੈਂ ਲੇਟ ਆਊਂਗਾ, ਪਰ ਜਿਹੜਾ ਘਰ ਦੇ ਡੀਕ ਕੇ ਜਿਹੜੇ ਸੌਂਗੇ, ਜਿਹੜਾ ਸਵੇਰੇ ਪਤਾ ਲੱਗਿਆ ਬਈ ਇਹਦੀ ਇੱਥੇ ਡੈੱਡ ਬੋਡੀ ਪਈ ਆ। ਜਦੋਂ ਪੁਲਿਸ ਮੌਕੇ 'ਤੇ ਆ ਕੇ ਸੀਸੀਟੀਵੀ ਕੈਮਰੇ ਦੇਖੇ ਆ ਤਾਂ ਇੱਕ ਦੋਸ਼ੀ ਸੀਗਾ ਜਿਹੜਾ ਉਹਨੂੰ ਕੁੱਟ ਰਿਹਾ ਸੀਗਾ, ਜਿਹੜਾ ਉਹਦੇ ਤਫਤੀਸ਼ ਕਰਨ 'ਤੇ ਅੱਗੇ ਇਹਦਾ ਨਾਂ ਸੰਜੀਵ ਕੁਮਾਰ ਉਰਫ ਕਾਕਾ, ਦੋਸ਼ੀ ਦਾ ਨਾਂ ਅਮਰ ਸਿੰਘ। ਇਹਨੂੰ ਜਲਦੀ ਇਹਨੂੰ ਗ੍ਰਿਫਤਾਰ ਕਰਕੇ ਟਰੇਸ ਕਰਕੇ ਅਸੀਂ ਇਹਨੂੰ ਪੇਸ਼ ਅਦਾਲਤ ਕੀਤਾ ਜਾਵੇ। ਸਰ ਜਾਣਦਾ ਸੀਗਾ ਪਹਿਲਾਂ ਉਹਨੂੰ? ਇਹ ਉੱਥੇ ਦੁਕਾਨ 'ਤੇ ਜਿਹੜੀ ਰੇਹੜੀ 'ਤੇ ਇਹ ਕੰਮ ਕਰਦੇ ਜਿੱਥੇ ਇਹਨਾਂ ਨੇ ਖਾਧਾ ਪੀਤਾ ਉੱਥੇ ਹੀ ਇਹ ਨੌਕਰੀ ਕਰਦਾ ਸੀਗਾ, ਉੱਥੇ ਹੀ ਕੋਈ ਇਹਨਾਂ ਦਾ ਕੋਈ ਬੋਲ ਬੁਲਾਰਾ ਹੋਇਆ ਸੀ। ਅਤੇ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਆਇਆ ਕੁਛ ਕੀ ਕਾਹਦੇ ਨਾਲ ਵਾਰ ਕੀਤੇ ਇਹਨੇ? ਹਾਂ, ਇਹਦੇ ਵਿੱਚ ਇੱਕ ਕੋਈ ਇਹਦੇ ਕੋਲ ਜਿਹੜੇ ਸੀਸੀਟੀਵੀ ਫੋਟੋ ਦੇ ਵਿੱਚ ਇੱਕ ਲੱਕੜ ਦਾ ਇਹਦੇ ਕੋਲ ਡੰਡਾ ਫੜਿਆ ਹੋਇਆ ਜਿਹੜੇ ਜਿਹਦੇ ਨਾਲ ਵਾਰ ਕੀਤੇ ਆ, ਉਹ ਜਲਦੀ ਗ੍ਰਿਫਤਾਰ ਕਰਕੇ ਜਿਹੜਾ ਪੇਸ਼ ਅਦਾਲਤ ਕੀਤਾ ਜਾਵੇ। ਸਰ ਕਾਰਨ ਕੀ ਰਿਹਾ, ਕਿਉਂਕਿ ਇਹਨਾਂ ਦੀ ਕੋਈ ਪਹਿਲਾਂ ਦੁਸ਼ਮਣੀ ਚੱਲ ਰਹੀ ਸੀ ਜਾਂ ਕੋਈ ਹੋਰ ਕੋਈ ਕਾਰਨ ਸੀ? ਨਹੀਂ, ਬਸ ਆਹੀ ਆ, ਉੱਥੇ ਕੋਈ ਮਾੜਾ ਮੋਟਾ ਬੋਲ ਬੁਲਾਰਾ ਇਹਨਾਂ ਦਾ ਜ਼ਰੂਰ ਹੋਇਆ ਖਾਂਦਿਆਂ ਪੀਂਦਿਆਂ ਦਾ, ਕੋਈ ਖਾਣ ਪੀਣ ਟਾਈਮ 'ਤੇ। ਹੋਰ ਕੋਈ ਕੋਈ ਵੱਡੀ ਕੋਈ ਦੁਸ਼ਮਣੀ ਵਾਲੀ ਹਾਲੇ ਤੱਕ ਗੱਲ ਹੈ ਨਹੀਂ, ਪਰ ਉਹ ਦੋਸ਼ੀ ਦਾ ਜਿਹੜਾ ਰਿਮਾਂਡ ਲੈ ਕੇ ਅਗਲੀ ਕਾਰਵਾਈ ਕੀਤੀ। ਚਾਰ ਘੰਟੇ 'ਚ ਕਨਫਰਮ ਹੋ ਗਿਆ ਵੀ ਇਹ? ਹਾਂ ਹਾਂ, ਦੋਸ਼ੀ ਇਹੀ ਆ। ਸਰ ਸਤਪਾਲ ਘਰੇ ਵਾਪਸ ਆ ਰਿਹਾ ਸੀਗਾ ਜਦੋਂ ਇਹ 'ਤੇ ਹਮਲਾ ਕੀਤਾ? ਹਾਂਜੀ, ਉਹਦੇ ਘਰੇ ਆ ਰਿਹਾ ਸੀਗਾ, ਉਸ 'ਤੇ ਹਮਲਾ ਕੀਤਾ।